ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡੇ ਨਾਲ ਜਸਮੀਤ ਸੁਖਮੀਤ ਸਿੰਘ ਡਿਪਟੀ। ਹੁਣ ਇਸ ਨਾਮ ਨੂੰ ਕੌਣ ਨਹੀਂ ਪਛਾਣਦਾ, ਕੌਣ ਨਹੀਂ ਜਾਣਦਾ। ਕਾਂਗਰਸ ਦਾ ਇੱਕ ਧਾਕੜ ਲੀਡਰ ਜਿਸ ਦਾ ਬੀਤੇ ਦਿਨੀ ਮਰਡਰ ਹੋ ਗਿਆ ਸੀ। ਜਲੰਧਰ ਦੇ ਗਾਜੀਗੁਲਾ ਚੌਂਕ ਤੇ ਪਹਿਲਾਂ ਬਾਈਕ ਸਵਾਰਾਂ ਨੇ ਬਾਈਕ ਘੇਰੀ, ਉਸ ਨੂੰ ਸਿੱਟ ਦਿੱਤਾ, ਬਾਅਦ ਵਿੱਚ ਤਾਬੜ ਤੋੜ ਗੋਲੀਆਂ ਦੇ ਨਾਲ ਭੁੰਨ ਦਿੱਤਾ। ਇਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ। ਲਗਾਤਾਰ ਪੁਲਿਸ ਟੀਮਾਂ ਬਣੀਆਂ ਜਾਂਚ ਦੇ ਲਈ। ਸੁਖਮੀਤ ਡਿਪਟੀ ਸੀ ਕੌਣ, ਉਸਦੇ ਫਰਸ਼ ਤੋਂ ਅਰਸ਼ ਤੱਕ ਦੀ ਕਹਾਣੀ ਕੀ ਹੈ, ਇੰਨਾ ਵੱਡਾ ਲੀਡਰ ਉਹ ਕਿਸ ਤਰ੍ਹਾਂ ਬਣ ਜਾਂਦਾ, ਕਿਸ ਤਰ੍ਹਾਂ ਵੱਖ ਵੱਖ ਮਾਮਲਿਆਂ ਦੇ ਵਿੱਚ ਉਸਨੂੰ ਨਾਮਜ਼ਦ ਕੀਤਾ ਜਾਂਦਾ, ਜੇਲ੍ਹ ਜਾਂਦਾ, ਅਸੀਂ ਸਾਰੀ ਕਹਾਣੀ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕਦੋਂ ਉਸਨੇ ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਕਿਸ ਤਰ੍ਹਾਂ ਜ਼ੁਰਮ ਦੇ ਵਿੱਚ ਧੱਸਦਾ ਚਲਾ ਗਿਆ। ਸਭ ਤੋਂ ਪਹਿਲਾਂ 2005 ਦੇ ਵਿੱਚ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਸੁਖਮੀਤ ਡਿਪਟੀ ਨੇ ਕੀਤੀ। ਕਾਲਜ ਤੋਂ ਹੀ ਰਾਜਨੀਤੀ ਸ਼ੁਰੂ ਕੀਤੀ ਸੀ। ਕਾਂਗਰਸ ਵਿੰਗ NSUI ਦਾ ਪ੍ਰਧਾਨ ਬਣਿਆ, ਯੂਥ ਕਾਂਗਰਸ ਦਿਹਾਤੀ ਦਾ ਵੀ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ 2007 ਦੇ ਵਿੱਚ ਪਹਿਲੀ ਵਾਰ ਨਗਰ ਨਿਗਮ ਚੋਣ ਲੜੀ ਅਤੇ ਕੌਂਸਲ ਜਿੱਤ ਗਿਆ। 2008 ਦੇ ਵਿੱਚ ਫਿਲਮ ਡਿਸਟ੍ਰੀਬਿਊਟਰ ਅਤੇ ਕਲੋਨਾਈਜ਼ਰ ਸੁਭਾਸ਼ ਨੰਦਾ ਦੇ ਪੁੱਤਰ ਦਾ ਅਗਵਾ ਹੋਇਆ, ਜਿਸ ਦੀ ਸਾਜ਼ਿਸ਼ ਦੇ ਵਿੱਚ ਸੁਖਮੀਤ ਸਿੰਘ ਡਿਪਟੀ ਦਾ ਨਾਮ ਆਇਆ। ਨੰਦਾ ਫੈਮਿਲੀ ਤੋਂ 1 ਕਰੋੜ ਦੀ ਫਰੋਤੀ ਵਸੂਲੀ ਗਈ। ਮਾਮਲੇ ਦੇ ਵਿੱਚ ਮੁਲਜ਼ਮਾਂ ਦੇ ਨਾਲ ਨਾਲ ਡਿਪਟੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਾਲ 2011 ਦੇ ਵਿੱਚ 20 ਸਾਲ ਕੈਦ ਸੁਣਾਈ ਗਈ ਅਤੇ ਇਸੇ ਸਾਲ ਸਜ਼ਾ ਪੂਰੀ ਕਰਕੇ ਡਿਪਟੀ ਜੇਲ੍ਹ 'ਚੋਂ ਬਾਹਰ ਆਇਆ। ਸਿਆਸੀ ਨਹੀਂ ਸਗੋਂ ਸਮਾਜ ਸੇਵੀ ਦੇ ਵਜੋਂ ਸਰਗਰਮ ਹੋ ਗਿਆ। ਸ਼ਹਿਰ ਦੇ ਮਸ਼ਹੂਰ ਸੇਰਾ ਫੀਲਡ ਹੱਤਿਆਕਾਂਡ ਦੇ ਵਿੱਚ ਵੀ ਸੁਖਮੀਤ ਦਾ ਨਾਮ ਆਇਆ। ਡਿਪਟੀ 'ਤੇ ਹਮਲਾਵਰ ਨੂੰ ਸ਼ਰਨ ਦੇਣ ਦੇ ਇਲਜ਼ਾਮ ਲੱਗੇ ਸੀ। ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸਨੂੰ ਇਸ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਗਈ। ਡਿਪਟੀ ਦੀ ਹੱਤਿਆ ਦੀ ਜਾਂਚ ਲਈ ਪੁਲਿਸ 4 ਐਂਗਲ ਖੰਗਾਲ ਰਹੀ ਹੈ। ਦਰਅਸਲ ਬੀਤੇ ਦਿਨੀ ਸੁਖਮੀਤ ਸਿੰਘ ਡਿਪਟੀ ਦੀ ਗਾਜੀਗੁਲਾ ਚੌਂਕ 'ਤੇ ਹੱਤਿਆ ਕਰ ਦਿੱਤੀ ਸੀ। 3 ਕਾਰ ਸਵਾਰਾਂ ਨੇ ਪਹਿਲਾਂ ਬਾਈਕ ਨੂੰ ਟੱਕਰ ਮਾਰੀ, ਬਾਅਦ ਵਿੱਚ ਗੋਲੀਆਂ ਦੇ ਨਾਲ ਭੁੰਨ ਦਿੱਤਾ। ਇੱਕ ਵੱਡਾ ਧਾਕੜ ਲੀਡਰ ਕਾਂਗਰਸ ਦਾ ਕਿਹਾ ਜਾ ਸਕਦਾ ਹੈ। 26 ਸਾਲ ਦੀ ਉਮਰ ਦੇ ਵਿੱਚ ਹੀ ਯੂਥ ਕਾਂਗਰਸ ਪ੍ਰਧਾਨ ਤੋਂ ਕੌਂਸਲਰ ਬਣ ਗਿਆ ਸੀ ਸੁਖਮੀਤ ਸਿੰਘ ਡਿਪਟੀ। ਸਿਆਸੀ ਦਾਅ ਪੇਚ ਅਤੇ ਦਮਖਮ ਦਾ ਲੋਹਾ ਮਨਵਾਉਣ ਦੇ ਵਿੱਚ ਖਾਸਾ ਮਸ਼ਹੂਰ ਹੈ ਸੁਖਮੀਤ ਸਿੰਘ ਡਿਪਟੀ। ਐਤਵਾਰ ਨੂੰ ਉਸਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਪੁਲਿਸ ਵੱਖੋ ਵੱਖ ਐਂਗਲ ਤੋਂ ਉਸਦੀ ਮੌਤ ਦੇ ਕਾਰਨਾਂ ਨੂੰ ਲੱਭ ਰਹੀ ਹੈ ਕਿ ਕੀ ਕੁਝ ਹੋ ਸਕਦਾ ਹੈ। 4 ਐਂਗਲ ਨੇ ਜੋ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਜਾਂਚ ਕੀਤੀ ਜਾਣੀ ਹੈ। ਉਸਦੇ ਚਾਚੇ ਦੇ ਭਰਾ ਦਾ ਕਹਿਣਾ ਹੈ ਕਿ ਸੁਖਮੀਤ ਡਿਪਟੀ ਨੂੰ ਕਿਸੇ ਦਾ ਫੋਨ ਆਇਆ ਸੀ, ਉਸਦੇ ਬਰਥਡੇ ਦਾ ਕੇਕ ਕੱਟਣ ਲਈ ਜਾਣਾ ਸੀ। ਉਹ ਕਾਲ ਕਿਸ ਦੀ ਸੀ, ਕਿਸ ਨੇ ਬੁਲਾਇਆ ਸੀ, ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਜਦੋਂ ਕਿ ਸੁਖਮੀਤ ਡਿਪਟੀ ਜੇਲ੍ਹ ਦੇ ਵਿੱਚ ਸੀ, ਕਈ ਗਰੁੱਪਾਂ ਦੇ ਨਾਲ ਉਸਦੀ ਅਣਬਣ ਸੀ। ਹਾਲਾਂਕਿ ਕਿਹੜੇ ਗੈਂਗਸਟਰ ਸਨ, ਕੌਣ ਪੈਰੋਲ 'ਤੇ ਆਇਆ ਸੀ ਜਾਂ ਜ਼ਮਾਨਤ 'ਤੇ ਬਾਹਰ ਹੋ ਸਕਦਾ ਹੈ, ਇਸ ਦੇ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੁਲਿਸ ਡਿਟੇਲ ਨਿਕਲਵਾ ਰਹੀ ਹੈ। ਮਈ ਮਹੀਨੇ ਦੇ ਵਿੱਚ ਰੋਪੜ ਦੇ ਵਿੱਚ ਕੋਈ ਘਟਨਾ ਹੋਈ ਸੀ। ਇੱਕ ਪਾਰਟੀ ਦੇ ਵੱਲੋਂ ਸੁਖਮੀਤ ਡਿਪਟੀ ਸਮਝੌਤਾ ਕਰਾਉਣ ਲਈ ਗਿਆ ਸੀ। ਉਹ ਘਟਨਾ ਕੀ ਸੀ, ਇਸ ਵਿੱਚ ਕੌਣ ਕੌਣ ਪਾਰਟੀਆਂ ਸੀ, ਖਾਸ ਕਰਕੇ ਵਿਰੋਧੀ ਪਾਰਟੀਆਂ ਕਿਹੜੀਆਂ ਸੀ, ਉਸਦਾ ਬੈਕਗ੍ਰਾਊਂਡ ਕੀ ਹੈ, ਇਸ ਦੀ ਵੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ। ਕਤਲ ਸਮੇਂ ਇਸਤੇਮਾਲ ਕੀਤੀ ਗਈ ਸਵਿਫਟ CCTV ਫੁਟੇਜ ਵਿੱਚ ਪੁਲਿਸ ਨੂੰ ਦਿਖੀ ਹੈ, ਜਿਸ ਦੇ ਨੰਬਰ ਦੇ ਆਧਾਰ 'ਤੇ ਪੁਲਿਸ ਜਾਂਚ ਜਿਹੜੀ ਕਰ ਰਹੀ ਹੈ। ਇਹ ਗੱਡੀ ਕਿਸ ਦੇ ਨਾਮ 'ਤੇ ਰਜਿਸਟਰ ਹੈ, ਇਸ ਦੀ ਜਾਂਚ ਵੀ ਹੈ ਜਿਹੜੀ ਕੀਤੀ ਜਾ ਰਹੀ ਹੈ। ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਕਿਸ ਤਰ੍ਹਾਂ ਦਾ ਬੈਕਗ੍ਰਾਊਂਡ ਆ ਜਿਹੜਾ ਸੁਖਮੀਤ ਡਿਪਟੀ ਦਾ ਰਿਹਾ, ਕਿਸ ਤਰ੍ਹਾਂ ਦੇ ਨਾਲ ਫਰਸ਼ ਤੋਂ ਅਰਸ਼ 'ਤੇ ਚੜਿਆ 26 ਸਾਲ ਦੀ ਉਮਰ ਦੇ ਵਿੱਚ ਹੀ, ਅਤੇ ਫਿਰ ਕਿਸ ਤਰ੍ਹਾਂ ਦੇ ਨਾਲ ਫਰਸ਼ ਤੋਂ ਅਰਸ਼ 'ਤੇ ਡਿੱਗਦਾ ਹੋਇਆ ਆ ਗਿਆ ਅਤੇ ਬੀਤੇ ਦਿਨੀ ਉਸਦਾ ਕਤਲ ਕਰ ਦਿੱਤਾ ਗਿਆ।